ਦੀ ਪਰਵਾਹ ਦੇ ਬਗੈਰ ਹੁਕਮ ਦੇ ਇੱਕ ਕੁਰਸੀ ਤੇ ਨਹੀਂ ਬਹਿ ਸਕਦੇ। ਉਹਨਾਂ ਨੂੰ ਸਤਿਕਾਰ ਨਹੀਂ, ਉਹਨਾਂ ਨੂੰ ਪਿਆਰ ਨਹੀਂ ਤੁਹਾਡੇ ਨਾਲ। ਆਈ ਜਿਹੜੇ ਅੱਜ ਖੇੜਾ ਸਾਹਿਬ ਤੇ ਆਮ ਆਦਮੀ ਪਾਰਟੀ ਵਾਲੇ ਆ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਦੀ ਬੇਨਤੀ ਕੀਤੀ। ਤੁਸੀਂ ਜਾਣਦੇ ਹੋ ਕਿ ਦਰਬਾਰ ਸਾਹਿਬ ਦੀ ਫੋਟੋ ਤੇ ਉਹਨਾਂ ਨੇ ਝਾੜੂ ਲਾ ਦਿੱਤਾ ਤੇ ਹੁਣ ਤੇਈ ਉਹਨਾਂ ਨੇ ਕੀਤੀਆਂ। ਉਦੋਂ ਤੱਕ ਕਹਿੰਦੇ ਸੀ ਇੱਕ ਦੂਜੇ ਨੂੰ ਕਿ ਕੇਜਰੀਵਾਲ ਸਹੀ ਹੈ ਤੇ ਮੈਂ ਹੁਣ ਖੇੜਾ ਸਾਹਿਬ ਦਾ ਬਿਆਨ ਸੁਣਿਆ, ਕਹਿੰਦਾ ਕੇਜਰੀਵਾਲ ਨੂੰ ਸਿੱਖ ਇਤਿਹਾਸ ਬਾਰੇ ਕੋਈ ਜਾਣੂ ਨਹੀਂ। ਉਹਨੇ ਸਿੱਖਾਂ ਦੀ ਬੇਅਦਬੀ ਵੀ ਕੀਤੀ, ਸਿੱਖ ਇਤਿਹਾਸ ਦੀ ਬੇਅਦਬੀ ਕੀਤੀ, ਹੁਣ ਖੇੜਾ ਸਾਹਿਬ ਬੋਲਦੇ ਆ। ਜਦੋਂ ਅਸੀਂ ਕਹਿੰਦੇ ਸੀ ਕਿ ਇਹਨੇ ਪੈਸੇ ਲੈ ਕੇ ਟਿੱਚਾ ਵੇਚਦੇ ਆ, ਉਦੋਂ ਸਾਰੇ ਜਿੰਨੇ ਟੋਪੀ ਵਾਲੇ ਭਗਵੰਤ ਮਾਨ ਖਹਿਰਾ ਉਦੋਂ ਕਹਿੰਦੇ ਸੀ ਨਹੀਂ ਸਭ ਤੋਂ ਮਾਨਦਾਰ ਕੇਜਰੀਵਾਲ ਹੈ। ਖਹਿਰਾ ਸਾਹਿਬ ਕਿਵੇਂ ਕਹਿੰਦੇ ਕਿ ਉਹ ਟਿੱਚਾ ਵੇਚਦੇ? ਬਾਦਸ਼ਾਹ ਜੀ ਭੈਣੋ ਭਰਾਓ ਆਪਣੇ ਆਪਣੇ ਹੁੰਦੇ, ਜੇ ਤੁਸੀਂ ਕੋਈ ਚੀਜ਼ ਲੈਣਾ ਚਾਹੋ ਤੁਸੀਂ ਪਿਛੋਕਰ ਚੀਜ਼ ਦੇਖਦੇ ਆ ਕਿ ਇਹ ਚੀਜ਼ ਦਾ ਪਿਛੋਕਰ ਕੀ ਹੈ, ਕੀ ਕ੍ਰੈਡੀਬਿਲਿਟੀ ਹੈ। ਆਹ ਜਿਹੜੇ ਨਵੀਆਂ ਨਵੀਆਂ ਪਾਰਟੀਆਂ ਆਉਣਗੀਆਂ ਨਿਸ਼ਾਨਾ ਉਹੀ ਹੈ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਗੁਮਰਾਹ ਕਰਕੇ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ, 92 ਸਾਲ ਪੁਰਾਣੀ ਪਾਰਟੀ ਹੈ, 3 ਸਾਲ ਬਾਅਦ 100 ਸਾਲ ਪੁਰਾਣੀ ਹੋ ਜਾਣਾ। ਤੁਹਾਨੂੰ ਪਤਾ ਹੈ ਕਿ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਕੀ ਹੈ, ਲੀਡਰਸ਼ਿਪ ਦੀ ਸੋਚ ਕੀ ਹੈ। ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਇਆ ਦੇਖਿਆ ਪੰਜਾਬ ਦੇ ਇਕੱਠੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਬਾਦਲ ਸਾਹਿਬ ਦੀ ਸੋਚ ਇੱਕੋ ਇੱਕ ਹੈ ਕਿ ਅਮਨ ਸ਼ਾਂਤੀ ਪੰਜਾਬ ਰਹਿ, ਭਾਈਚਾਰਕ ਸ਼ਾਨ ਪੰਜਾਬ ਰਹਿ ਤੇ ਪੰਜਾਬ ਤਰੱਕੀ ਦੀ ਬੁਲੰਦੀ ਆ ਜਾਵੇ। ਅੱਜ 1.5 ਸਾਲ ਹੋ ਗਿਆ ਸਾਰੀਆਂ ਕਾਂਗਰਸ ਦੇ ਟੋਪੀ ਵਾਲੇ ਨੇ ਤੁਹਾਡੀ ਪਾਰਟੀ ਦੇ ਖਿਲਾਫ 2 ਸਾਲ ਪਹਿਲੇ ਇਲੈਕਸ਼ਨ ਤੋਂ ਪਹਿਲੇ ਇੰਨਾ ਝੂਠਾ ਪ੍ਰਚਾਰ ਕੀਤਾ, ਇੰਨਾ ਝੂਠਾ ਪ੍ਰਚਾਰ ਕੀਤਾ। ਸਿਆਣੇ ਕਹਿੰਦੇ ਆ ਕਿ ਤੁਸੀਂ 1000 ਵਾਰ ਕੋਈ ਝੂਠ ਬੋਲੋ ਸੱਚ ਲੱਗਣ ਲੱਗ ਜਾਂਦਾ। ਆਈ ਗੱਲ ਆਪਣੇ ਨਾਲ ਹੋਈ, 24 ਘੰਟੇ ਅਖਬਾਰ ਵਾਲੇ ਨਾਲ ਲੱਗੇ ਸੀ, ਉਦੋਂ ਕਹਿਣ ਲੱਗੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਨਸ਼ਾ ਫੈਲਾ ਦਿੱਤਾ, ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਨੂੰ ਨਸ਼ੇੜੀ ਬਣਾ ਦਿੱਤਾ। ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ, 1.5 ਸਾਲ ਹੋ ਗਿਆ ਤੁਹਾਡੀ ਸਰਕਾਰ ਬਣੇ ਨੂੰ, ਹੁਣ ਪੁਲ ਤੁਹਾਡੀ ਹੈ, ਸਾਰੀ ਸਰਕਾਰ ਦੀ ਤਾਕਤ ਤੁਹਾਡੀ ਹੈ, ਤੁਸੀਂ ਕੁਛ ਮਰਜ਼ੀ ਪਤਾ ਕਰਾ ਸਕਦੇ ਹੋ ਕਿਹਨੇ ਕੀ ਕੀਤਾ। ਦੱਸੋ ਇੱਕ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਨਾਂ ਆਇਆ ਜਾਂ ਤੁਸੀਂ ਕੋਈ ਫੜਿਆ? ਜਿਵੇਂ ਬੇਅਦਬੀ ਦੀ ਗੱਲ ਕੀਤੀ ਝੂਠ ਬੋਲਿਆ, ਉਵੇਂ ਨਸ਼ਿਆਂ ਦੀ ਗੱਲ ਕੀਤੀ, ਅੱਜ ਲੋਕੀ ਕਿੰਨੇ ਕਿੰਨੇ ਨਸ਼ਿਆਂ ਨਾਲ ਮਰ ਰਹੇ ਆ ਤੇ ਹੁਣ ਕਹਿੰਦੇ ਆ ਕਿ ਅਸੀਂ ਲੱਖ ਤੋੜ ਦਿੱਤਾ ਹੈ। ਮੁੱਖ ਮੰਤਰੀ ਮੁੱਖ ਮੰਤਰੀ ਆ ਪੰਜਾਬ ਦਾ, ਮੇਰੇ ਪਿਤਾ ਬਾਦਲ ਸਾਹਿਬ ਦੀ 90 ਸਾਲ ਦੀ ਉਮਰ ਹੈ, ਕਿਸੇ ਸ਼ਹੀਦੀ ਕਾਨਫਰੰਸ ਇੱਕ ਵਾਰ ਵੀ ਉਹਨਾਂ ਨੇ ਮਿਸ ਨਹੀਂ ਕੀਤੀ ਸ਼ਹੀਦੀ ਕਾਨਫਰੰਸ ਇੱਕ ਵਾਰ ਵੀ। ਹਰ ਵਾਰ ਤੁਸੀਂ ਦੇਖ ਲਓ ਕਿੰਨੇ ਸਾਲ ਹੋ ਗਏ ਇਸ ਪਵਿੱਤਰ ਧਰਤੀ ਦੇ, ਹਰ ਵਾਰ ਤਾਂ ਪ੍ਰਤਾਪ ਸਿੰਘ ਬਾਦਲ ਆਉਂਦੇ ਸੀ। ਆਹ 1.5 ਸਾਲ ਹੋ ਗਿਆ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਬਣੇ ਨੂੰ, ਭਗਤ ਸਿੰਘ ਜੀ ਦਾ ਸ਼ੁਭ ਦਿਹਾੜਾ ਸੀ ਨਹੀਂ ਗਏ, ਟੀਸੂ ਕਾਨਫਰੰਸ ਨਹੀਂ ਗਏ। ਤੁਸੀਂ ਹੋਰ ਤਾਂ ਹੋਰ ਛੱਡੋ, ਜਦੋਂ ਮੁੱਖ ਮੰਤਰੀ ਬਣਦਾ ਪੰਜਾਬ ਦਾ ਜਾਂ ਕੋਈ ਹਾਈਕੋਰਟ ਸੁਪਰੀਮ ਕੋਰਟ ਦਾ ਜੱਜ ਬਣਦਾ ਜਾਂ ਤੁਹਾਡੇ ਘਰੇ ਕੋਈ ਖੁਸ਼ੀ ਹੁੰਦੀ ਹੈ, ਸਭ ਤੋਂ ਪਹਿਲੇ ਕੰਮ ਕਰਦੇ ਹੋ ਤੁਸੀਂ ਸ਼੍ਰੀ ਦਰਬਾਰ ਸਾਹਿਬ ਜਾਂਦੇ ਹੋ, ਮੱਥਾ ਟੇਕਣ ਵਾਸਤੇ, ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਜਾਂਦੇ ਹੋ। ਆਪਣਾ ਮੁੱਖ ਮੰਤਰੀ ਕੈਪਟਨ ਸਾਹਿਬ ਬਣੇ, ਮੁੱਖ ਮੰਤਰੀ ਬਣਦੇ 4-5-6 ਮਹੀਨੇ ਟੱਪ ਗਏ, ਦਰਬਾਰ ਸਾਹਿਬ ਮੱਥਾ ਟੇਕੇ ਨਹੀਂ ਗਏ। ਕਿੱਥੋਂ ਆਪ ਐਮਪੀ ਵੀ ਬਣੇ ਆ, ਉੱਥੋਂ ਅਸੀਂ ਅੰਮ੍ਰਿਤਸਰ ਸਾਹਿਬ ਉੱਪਰ ਮੱਥਾ ਟੇਕੇ ਨਹੀਂ ਗਏ। ਜਦੋਂ ਉਹਨਾਂ ਦੀ ਪਾਰਟੀ ਦੇ ਲੋਕ ਸਾਰੇ ਨੇ ਕਹਿਣ ਲੱਗੇ ਕਿ ਆਹ ਘੱਟ ਮੁੱਖ ਮੰਤਰੀ ਬਣੇ, ਗੁਰੂ ਦਾ ਸ਼ੁਕਰਾਨਾ ਤਾਂ ਕਰਿਆ, ਆਹ ਮੁੱਖ
ਮੰਤਰੀ ਕੋਈ ਐਵੇਂ ਬੰਦਾ ਪਰਮਾਤਮਾ ਦੀ ਪੱਖੀ ਹੋਏ ਜਿਹਨਾਂ ਦੇ ਪਰਮਾਤਮਾ ਦੀ ਪੱਖੀ ਜਾ ਉਹੀ ਬਣ ਸਕਦੇ ਹੈ। ਉਹ ਪਰਮਾਤਮਾ ਹੀ ਇਹਨੂੰ ਬਣ ਦਿੰਦੀ ਹੈ ਕਿ ਪਰਮਾਤਮਾ ਦਾ ਜਿਹੜਾ ਬੰਦਾ ਜੇ ਪਰਮਾਤਮਾ ਨਹੀਂ ਬਖਸ਼ਿਸ਼ ਕਰਦਾ ਤੁਸੀਂ ਸ਼ੁਕਰਾਨਾ ਨਾ ਕਰੋ ਉਹਦੇ ਇਨਸਾਨ ਬਾਰੇ ਮੈਂ ਦੱਸ ਕੀ ਕਹਿਣਾ। ਅੱਜ 1.5 ਸਾਲ ਹੋਇਆ ਕਿਤੇ ਮੁੱਖ ਮੰਤਰੀ ਦਿਖਾਈ ਦਿੱਤਾ ਬਾਦਲ ਸਾਹਿਬ ਮੈਨੂੰ ਲੱਗਦਾ ਕੋਈ ਪਿੰਡ ਨੀ ਸ਼ਹਿਰ ਨੀ ਮੰਡੀ ਨੀ ਜਿੱਥੇ ਬਾਦਲ ਸਾਹਿਬ ਆਪ ਨਾ ਜਾਂਦੇ ਹੋਣ ਤੁਹਾਡੇ ਦੇਖੋ ਕਿੰਨੇ ਵਾਰ ਤੁਹਾਡੇ ਹਲਕੇ ਤੁਹਾਡੇ ਚ ਬਹਿੰਦੇ ਸੀ ਤੁਸੀਂ ਕਹਿੰਦੇ ਸੀ ਸਾਨੂੰ ਆਹ ਚਾਹੀਦਾ 5 ਕਰੋੜ ਤੁਸੀਂ 5 ਕਰੋੜ ਮੰਗਦੇ ਸੀ ਬਾਦਲ ਸਾਹਿਬ 20 ਕਰੋੜ ਦੇ ਕੇ ਜਾਂਦੇ ਸੀ ਅੱਜ 1.5 ਸਾਲ ਹੋ ਗਿਆ ਅੱਜ 1.5 ਸਾਲ ਹੋ ਗਿਆ ਦੁਆਨੀ ਧਰਨੀ ਆਈ ਡੇਰਾ ਕੀ ਸੀ ਖੋ ਲਿਆ ਸਾਰਾ ਅੱਜ ਮੈਂ ਹੈਰਾਨ ਲੈ ਜਾ ਅਖਬਾਰ ਮੈਂ ਅੱਜ ਦਾ ਅਖਬਾਰ ਮੈਂ ਕੈਪਟਨ ਸਾਹਿਬ ਨੇ ਅੱਜ ਕੋਈ ਇਸ਼ਤਿਹਾਰ ਕੱਢਿਆ ਕੈਪਟਨ ਸਾਹਿਬ ਦੀ ਫੋਟੋ ਤੇ ਇੱਕ ਇਸ਼ਤਿਹਾਰ ਕੱਢਿਆ ਅੱਜ ਤੇ ਮੈਂ ਕਿਹਾ ਸਰ ਬੋਲੀ ਚਾਹੀਦੀ ਇਹਨਾਂ ਨੂੰ ਐਡੇ ਝੂਠੇ ਤੁਸੀਂ ਇੱਕ ਦੱਬਕਰ ਹੁਣ ਤਾਂ ਨਾ ਝੂਠ ਬੋਲੋ ਇਸ਼ਤਿਹਾਰ ਕੀ ਕੱਢਿਆ ਸਾਰੇ ਅਖਬਾਰਾਂ ਮੈਨੂੰ ਲੱਗਦਾ ਘੱਟ 2 ਕਰੋੜ ਰੁਪਈਆ ਜੇ ਇਸ਼ਤਿਹਾਰ ਹੋ ਰਿਹਾ ਸਾਰੇ ਅਖਬਾਰਾਂ ਲਿਖਿਆ ਕਿ ਕੈਪਟਨ ਸਾਹਿਬ ਨੇ ਕਿਹਾ ਮੇਰੀ 1.5 ਸਾਲ ਦੀਆਂ ਪ੍ਰਾਪਤੀਆਂ ਦੇਖੋ ਕੀ ਕਹਿੰਦੇ ਆ ਕਹਿੰਦਾ ਨਸ਼ਾ ਖਤਮ ਕਰਤਾ ਪੰਜਾਬ ਪਹਿਲੀ ਪ੍ਰਾਪਤੀ ਦੱਸ ਰਹੇ ਆ ਅਖਬਾਰ ਦੇ ਵਿੱਚ ਫਿਰ ਦੂਜੀ ਪ੍ਰਾਪਤੀ ਕਹਿੰਦਾ ਮੈਂ 1,80,000 ਨੌਜਵਾਨਾਂ ਨੂੰ ਨੌਕਰੀ ਦਿੱਤੀ 1,80,000 ਨੌਜਵਾਨਾਂ ਨੂੰ ਅਖਬਾਰ ਦੇ ਇਸ਼ਤਿਹਾਰ ਕੱਢ ਰਹੇ ਫਿਰ ਕਹਿੰਦੇ ਆ ਸਾਰੇ ਕਿਸਾਨਾਂ ਦਾ ਮੈਂ ਕਰਜ਼ਾ ਮਾਫ਼ ਕਰਦਾ ਕਹਿੰਦੇ ਸਾਰੇ ਮੈਂ ਪਤਨੀ 200 ਹਸਪਤਾਲ ਖੋਲ ਦਿੱਤੇ ਹੁਣ ਪੰਜਾਬ ਕੋਈ ਕਿਸੇ ਬਿਮਾਰੀ ਬਮੂਰੀ ਨਹੀਂ ਸਾਰੇ ਫਿੱਟ ਹੋ ਗਏ ਸਰ ਫਿਰ ਕਹਿੰਦੇ ਜਿਹੜੇ ਗਰੀਬ ਹੈ ਮੈਂ ਉਹਨਾਂ ਨੂੰ ਸਾਰਿਆਂ ਜੋ ਵਾਅਦੇ ਕੀਤੇ ਪੂਰੇ ਕਰਤੇ ਪੈਨਸ਼ਨ ਪੂਰੀ ਕਰਤੀ ਸਾਰਾ ਕੁਝ ਪੂਰਾ ਕਰਤਾ ਫਿਰ ਕਹਿੰਦੇ ਕਿ 2 ਲੱਖ ਮੈਂ ਇੰਨੇ ਸਕੂਲ ਨਵੇਂ ਖੋਲਦੇ ਕਿ 2 ਲੱਖ ਨਵੇਂ ਬੱਚੇ ਪਰ ਸਕੂਲਾਂ ਨੂੰ ਭਰਤੀ ਹੋ ਕੇ ਬਹਿ ਗਏ ਨਵੇਂ ਬੱਚੇ ਆਜ਼ਾਦੀ ਦੇ ਮੌਕੇ ਤੇ ਮੁੱਖ ਮੰਤਰੀ ਫੋਟੋ ਲਾ ਕੇ ਇਸ ਤਰ੍ਹਾਂ 50 ਲੱਖਾਂ ਦੇ ਤੇ ਲੋਕੀ ਇੰਨੇ ਝੂਠੇ ਬੰਦੇ ਆ ਜਿਹੜੇ ਵਿਕਰਮ ਨੇ ਹੁਣ ਦੱਸਿਆ ਕਿੰਨਾ ਝੂਠ ਬੋਲਿਆ ਤੁਸੀਂ ਦੇਖ ਲਓ ਬਾਦਲ ਸਾਹਿਬ ਜਦੋਂ ਇਲੈਕਸ਼ਨ ਆਏ ਨਾ ਮੇਰੇ ਪਿਤਾ ਨੇ ਸਾਰੀ ਪਾਰਟੀ ਦੀ ਹਾਈ ਕਮਾਂਡ ਬੈਠੀ ਤੇ ਅਸੀਂ ਗੱਲਾਂ ਕਰ ਰਹੇ ਸੀ ਕਿ ਸਾਨੂੰ ਕੀ ਵਾਅਦੇ ਕਰਨੇ ਚਾਹੀਦੇ ਹੈ ਮੇਰੇ ਪਿਤਾ ਬਾਦਲ ਸਾਹਿਬ ਨੇ ਮੈਨੂੰ ਕਿਹਾ ਕਿ ਸੁਖਬੀਰ ਉਹਨਾਂ ਹੀ ਵਾਅਦਾ ਪੂਰਾ ਕਰਿਓ ਜਿਹੜਾ ਪੂਰਾ ਕਰ ਸਕੋ ਜੇ ਤੁਸੀਂ ਵਾਅਦਾ ਕਰ ਦਿੱਤਾ ਫਿਰ ਭਾਵੇਂ ਸਿਰ ਵੱਢਿਆ ਜਾਏ ਤੁਸੀਂ ਵਾਅਦਾ ਪੂਰਾ ਕਰਨਾ ਹੀ ਕਰਨਾ ਹੈ ਉਹ ਦੇਖ ਲਓ ਅਸੀਂ ਤੁਹਾਨੂੰ ਕਿਹਾ ਬਾਦਲ ਸਾਹਿਬ ਮੇਰੇ ਪਿਤਾ ਨੇ ਵਾਅਦਾ ਕੀਤਾ ਤੁਹਾਡੇ ਟਿਊਨਾਂ ਦੇ ਬਿੱਲ ਮਾਫ਼ ਕਰਾਂਗੇ ਅਸੀਂ ਪਹਿਲੀ ਕੈਮਰੇ ਨੂੰ ਦੱਸੋ ਯਾਦ ਕਰੋ ਕਰ ਦਿੱਤੇ 6,000 ਕਰੋੜ ਰੁਪਇਆ ਸਾਲ ਦਾ ਤੁਹਾਡਾ ਮਾਫ਼ ਹੁੰਦਾ ਹੈ 6,000 ਕਰੋੜ ਰੁਪਇਆ 90,000 ਰੁਪਇਆ ਤੁਹਾਡੇ ਬਿਜਲੀ ਦੇ ਬਿੱਲ ਆਉਣੇ ਦੀ ਟਿਊਨ ਦੇ ਜਿਹੜੇ ਅੱਜ ਤੁਹਾਨੂੰ ਕੋਈ ਨਹੀਂ ਆਉਂਦੇ ਜੇ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਬਿਜਲੀ ਆਪੋ ਆਪ ਕਰ ਦਾਂਗੇ ਦੇਖੋ ਇੰਨੇ ਵੱਡੇ ਥਾਪਲ ਕਰਨ ਲਾ ਕੇ 35,000 ਕਰੋੜ ਰੁਪਏ ਲਾ ਕੇ ਬਿਜਲੀ ਆਪੋ ਆਪ ਕਰ ਦਿੱਤੀ ਜੇ ਅਸੀਂ ਤੁਹਾਨੂੰ ਕਿਹਾ ਕਿ ਅਸੀਂ ਸਰਕਾਰ ਪੰਜਾਬ ਦੀਆਂ ਵੱਡੇ ਸ਼ਹਿਰਾਂ ਨੂੰ ਪੂਰੀਆਂ ਵਧੀਆ ਜੋੜ ਦਾਂਗੇ ਆਹ ਦੇਖੋ ਕਿਹੋ ਜਿਹੀਆਂ ਸੜਕਾਂ ਬਣਾ ਦਿੱਤੀਆਂ ਜਿਹੜੇ ਲੋਕ ਆ ਹੁਣ ਲੁਧਿਆਣੇ ਤੋਂ ਚੰਡੀਗੜ੍ਹ ਬਣੀ ਜਾਂਦੀ ਹੈ ਚੰਡੀਗੜ੍ਹ ਤੋਂ ਤੁਸੀਂ ਬਠਿੰਡੇ ਜਾਣਾ ਅੰਮ੍ਰਿਤਸਰ ਜਾਣਾ ਚੱਕ ਇੰਨੀਆਂ ਬਣਾ ਦਿੱਤੀਆਂ ਜੇ ਅਸੀਂ ਕਿਹਾ ਗਰੀਬ ਨੂੰ ਅਸੀਂ ਸਸਤਾ 4 ਰੁਪਏ ਕਿਲੋ ਆਟਾ 20 ਰੁਪਏ ਕਿਲੋ ਦਾਲ ਦੇਵਾਂਗੇ ਅਸੀਂ ਪਹਿਲੀ ਕੈਬਨਿਟ ਵਿੱਚ ਫੈਸਲਾ ਕਰਕੇ ਆਟਾ ਦਾਲ ਦੇਣਾ ਸ਼ੁਰੂ ਕਰਤਾ ਜਿਹੜੇ ਇਹਨਾਂ ਨੇ ਉਹ ਬੰਦ ਕਰ ਦਿੱਤਾ ਆ ਜਿਹੜੀ ਐਸਸੀ ਸਕਾਲਰਸ਼ਿਪ ਹੈ ਸ਼ਗਨ ਹੈ ਆ ਨੌਜਵਾਨ ਨੂੰ ਖੇਡਾਂ ਦਾ ਸਮਾਨ ਹੈ ਮੈਂ ਕਿਤੇ ਕਿੰਨੀਆਂ ਕਿੰਨੀਆਂ ਚੀਜ਼ਾਂ ਬਾਦਲ ਸਾਹਿਬ ਰਾਜ ਦੇ ਵਿੱਚ ਅਸੀਂ ਦਿੰਦੇ ਸੀ ਸਾਰਾ ਕੁਝ ਬੰਦ
ਜਦ ਹੋਰ ਤਾਂ ਹੋਰ ਕਬੱਡੀ ਜਿਹੜੀ ਆਪਣੀ ਖੇਡ ਸੀ ਨੌਜਵਾਨਾਂ ਨੂੰ ਅਸੀਂ ਕਬੱਡੀ ਦਿਲਾ ਤਾ, ਵਰਲਡ ਕੱਪ ਕਬੱਡੀ ਕਰਾ ਦੀ, ਆਪਣੀ ਪੰਜਾਬ ਦੀ ਖੇਡ ਨੂੰ ਦੁਨੀਆਂ ਦੇ ਨਕਸ਼ੇ 'ਚ ਪਹੁੰਚਾ ਦਿੱਤਾ। ਤੇ ਹੁਣ ਸਰ ਕਹਿੰਦੇ ਕਬੱਡੀ ਤਾਂ ਸੁਖਬੀਰ ਨੇ ਸ਼ੁਰੂ ਕੀਤੀ, ਅਸੀਂ ਨੀ ਕਰਾਉਣੀ। ਹੁਣ ਆ ਕਬੱਡੀ ਕੋਈ ਸੁਖਬੀਰ ਦੀ ਖੇਡ ਆ, ਆ ਤਾਂ ਪੰਜਾਬੀਆਂ ਦੀ ਹੈ। ਚੱਕਾ ਤੋੜਨਾ ਨੀ, ਝੂਠ ਬੋਲੀ ਜਾਣਾ, ਕੰਮ ਕਰਨਾ ਨੀ, ਲੋਕਾਂ ਨੂੰ ਮਿਲਣਾ ਨੀ। ਅੱਜ ਕੋਈ ਵੀ ਮੰਤਰੀ, ਕੋਈ ਵੀ MLA, ਕੋਈ ਵੀ ਕਾਂਗਰਸ ਦਾ ਵਰਕਰ ਮੁੱਖ ਮੰਤਰੀ ਨੂੰ ਮਿਲ ਸਕਦਾ। ਬਾਦਲ ਸਾਹਿਬ ਨੂੰ, ਮੈਨੂੰ, ਸਾਡੇ ਮਿਨਿਸਟਰਾਂ ਨੂੰ, ਅਸੀਂ 24 ਘੰਟੇ ਤੁਹਾਡੇ ਵਿੱਚ ਰਹਿੰਦੇ। ਤੁਹਾਨੂੰ ਕੋਈ ਤਕਲੀਫ ਹੋਏ, ਤੁਹਾਨੂੰ ਪਤਾ ਕੀ ਹੈ, ਬਾਦਲ ਸਾਹਿਬ ਨੂੰ ਜਾ ਕੇ ਬਾਹਰ ਫੜ ਸਕਦੇ ਹੋ। ਅਸੀਂ ਤਾਂ ਛੋਟੀ ਗੱਲ ਵੀ ਤੁਹਾਡੀ ਭਾਸ਼ਾ ਦੁਨੀਆਂ ਕੀਤੀਆਂ। ਤੁਸੀਂ ਯਾਦ ਕਰੋ, ਅਸੀਂ ਮੁੱਖ ਮੰਤਰੀ ਤੀਰਥ ਯਾਤਰਾ ਵੀ ਸ਼ੁਰੂ ਕੀਤੀ, ਜਿੱਥੇ ਆਪਾਂ ਹਜ਼ੂਰ ਸਾਹਿਬ, ਵੈਸ਼ਨੋ ਦੇਵੀ, ਵਾਰਾਣਸੀ, ਸਾਰੇ ਪਵਿੱਤਰ ਸਥਾਨਾਂ ਦੇ ਜਿਹੜੇ ਧਰਮ ਦੇ ਲੋਕ ਕਿੱਥੇ ਜਾਣਾ ਚਾਹੁਣ, ਸਰਕਾਰੀ ਖਰਚ ਅਸੀਂ ਭੇਜਣ ਲੱਗ ਗਏ। ਹੁਣ ਜਿਹੜੀ ਆਹ ਸਰਕਾਰ ਬਣੀ ਹੈ, ਚੱਕਾ ਕੁਛ ਤੋੜ ਕੀਤਾ ਨਹੀਂ, ਹੁਣ ਨਵੀਂ ਸਾਜਿਸ਼ ਕਰਨ ਲੱਗ ਗਈ ਹੈ। ਇਹਨਾਂ ਨੇ ਦੇਖ ਲਿਆ ਕਿ ਅਸੀਂ ਫੇਲ ਹੋ ਗਏ। ਹੁਣ ਇਹਨਾਂ ਨੇ ਆ ਜਸਟਿਸ ਰਣਜੀਤ ਸਿੰਘ ਕਮਿਸ਼ਨ, ਮੈਂ ਤਾਂ ਪਹਿਲੇ ਗੱਲ ਵੀ ਕੀਤੀ ਹੈ, ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਹੈਗਾ ਜਸਟਿਸ ਹੈ, ਉਹ ਜੱਜ ਹੈ। ਜਦੋਂ ਹਾਈ ਕੋਰਟ ਦਾ ਜੱਜ ਹੁੰਦਾ ਸੀ, ਉਦੋਂ ਕੋਈ ਅਕਾਲੀ ਵਰਕਰ ਦਾ ਕੋਈ ਕੇਸ ਉਹਦੇ ਸਾਹਮਣੇ ਆਉਂਦਾ ਤੇ ਅਕਾਲੀ ਵਰਕਰ ਦਾ ਵਕੀਲ ਖੜਾ ਹੋ ਕੇ ਜੱਜ ਨੂੰ ਕਹਿੰਦਾ ਕਿ ਜੱਜ ਰਣਜੀਤ ਸਿੰਘ ਜੀ, ਤੁਸੀਂ ਆਹ ਨਹੀਂ ਸੁਣ ਸਕਦੇ ਕਿਉਂਕਿ ਤੁਸੀਂ ਕਾਂਗਰਸੀ ਹੋ, ਤੇ ਸਾਡਾ ਕੇਸ ਕਿਸੇ ਹੋਰ ਜੱਜ ਨੇ ਭੇਜੋ। ਆ ਹਰ ਵਕੀਲ ਉਹਦੇ ਮੂੰਹ ਦੇ ਕਹਿੰਦਾ ਹੁੰਦਾ। ਚੌਥੀ ਜੱਜ ਰਣਜੀਤ ਸਿੰਘ ਨੂੰ ਬਣਾਇਆ, ਕਿਸ ਕਰਕੇ ਬਣਾਇਆ ਕਿ ਆਪਾਂ ਫਿਰ ਤੋਂ ਕਹੀਏ ਕਿ ਬੇਅਦਬੀ, ਸਾਰਾ ਕੁਛ ਬਾਦਲ ਸਾਹਿਬ ਨੇ ਕਰਾਇਆ, ਉਹ ਕਾਂਗਰਸ ਕਹਿਣਾ ਚਾਹੁੰਦੀ ਹੈ। ਪੰਜਾਬ ਦੀ ਜਨਤਾ, ਸਿੱਖ ਕੌਮ ਨੂੰ ਪਤਾ ਕਿ ਸਰਦਾਰ ਪ੍ਰਕਾਸ਼ ਸਿੰਘ ਦੇ ਜੀਵਨ ਬਾਰੇ, ਬਾਦਲ ਸਾਹਿਬ ਦੇ ਜੀਵਨ ਬਾਰੇ ਸਾਰੀ ਕੌਮ ਜਾਣਦੀ ਹੈ। ਸਾਰੀ ਕੌਮ ਜਾਣਦੀ ਵੀ ਬਾਦਲ ਸਾਹਿਬ ਦੀ ਸੋਚ ਕੀ ਹੈ, ਕਿਵੇਂ ਆਪਣੇ ਬਾਦਲ ਸਾਹਿਬ ਦੇ ਗੁਰੂ ਘਰ ਦੀਆਂ ਸੇਵਾ ਕੀਤੀਆਂ, ਜਿਵੇਂ ਅਸੀਂ ਕੌਮ ਵਾਸਤੇ ਸੇਵਾ ਕੀਤੀ ਹੈ ਬਾਦਲ ਸਾਹਿਬ। ਸਾਰੀ ਕੌਮ ਜਾਣਦੀ ਹੈ ਤੁਹਾਡੇ ਜਸਟਿਸ ਰਣਜੀਤ ਸਿੰਘ ਦੇ ਕਹਿਣ ਨਾਲ, ਸਾਨੂੰ ਨਾ ਪਰਵਾਹ, ਨਾ ਅਸੀਂ ਜਸਟਿਸ ਰਣਜੀਤ ਸਿੰਘ ਦੇ ਕਮਿਸ਼ਨ ਨੂੰ ਮੰਨਿਆ। ਅਸੀਂ ਐਲਾਨ ਕੀਤਾ ਕਿ ਅੱਜ ਜਸਟਿਸ ਰਣਜੀਤ ਸਿੰਘ ਕਮਿਸ਼ਨ, ਜੇ ਤੁਸੀਂ ਚਾਹੁੰਦੇ ਹੋ, ਅਸੀਂ ਵੀ ਚਾਹੁੰਦੇ ਹਾਂ। ਤੋ ਤੈਨੂੰ ਤਾਂ ਪਾਣੀ ਹੋਏ, ਫਿਰ ਕੋਈ ਵੀ ਸਿਟਿੰਗ ਜੱਜ ਹੋਇਆ ਪਰ ਸੁਪਰੀਮ ਕੋਰਟ ਦਾ, ਅਸੀਂ ਉੱਥੇ ਜਾ ਕੇ ਸਾਰੀ ਹਰ ਪਾਰਟੀ ਜਾ ਕੇ ਹੋਊਗੀ, ਪਰ ਅਸੀਂ ਜਸਟਿਸ ਰਣਜੀਤ ਸਿੰਘ ਬਾਰੇ ਇਸ਼ਤਿਹਾਰ ਦੇਖਿਆ। ਹੁਣ ਇੱਕ ਨਵਾਂ ਜਸਟਿਸ ਮਹਿਤਾਬ ਸਿੰਘ, ਇਹਨੇ ਇੱਕ ਹੋਰ ਬਣਾਇਆ ਕਮਿਸ਼ਨ। ਉਹਦਾ ਪਹਿਲੇ ਕੰਮ ਕੀ ਸੀ ਕਿ ਜਿੰਨੇ ਜਿੰਨੇ ਝੂਠੇ ਕੇਸ ਹੈ, ਕਹਿੰਦੇ ਅਕਾਲੀਆਂ ਨੇ ਬਣਾਏ ਹੈ, ਕਾਂਗਰਸੀਆਂ ਤੋਂ, ਉਹਨਾਂ ਨੂੰ ਬਰੀ ਕਰਨ ਦਾ। ਸਭ ਤੋਂ ਪਹਿਲੇ ਮਾਫ਼ੀ ਕਿਹਨੂੰ ਦਿੱਤੀ ਉਹਨੇ ਕੇਸ ਦੀ ਰਿਪੋਰਟ? ਆ ਜਿਹੜੇ ਜਾਲੀ ਦੇ ਜਥੇਦਾਰ ਬਣੇ ਹੈ, ਜਿਹੜੇ ਪੰਜਾਬ ਦੀ ਧਰਤੀ ਦੇ ਅਮਨ ਸ਼ਾਂਤੀ ਖਰਾਬ ਕਰਨਾ ਚਾਹੁੰਦੇ, ਬਰਦਾਰੀ ਬੈਠੇ ਹੈ, ਜਿਹਨਾਂ ਨੇ ਜਿਹੜਾ ਸਰਬੱਤ ਖਾਲਸਾ, ਪੰਜਾਬ ਖਾਲਸਾ, ਸਰਬੱਤ ਖਾਲਸਾ ਜਿਹੜਾ ਇਹਨਾਂ ਨੇ ਕੱਟ ਕੀਤਾ ਸੀ, ਜਿਹੜਾ ਕਹਿੰਦੇ ਸੀ ਸਰਬੱਤ ਖਾਲਸਾ ਪਰ ਨਹੀਂ ਸੀ ਸਰਬੱਤ ਖਾਲਸਾ, ਉਹਨਾਂ ਦੇ ਜਿਹੜੇ ਉਦੋਂ ਕੇਸ ਬਣੇ ਸੀ, ਸਭ ਤੋਂ ਪਹਿਲੇ ਉਹਨਾਂ ਨੂੰ ਬੜੀ ਕਰਨ ਵਧੀਆ ਸਾਰੇ ਚੌਕੀ ਦਾ ਸਾਹਮਣੇ ਕਰਨਾ। ਆ ਜਿਹੜੇ ਬਰਗਾੜੀ ਬੈਠੇ ਆ, ਤੂੰ ਦੇਖ ਲਓ ਸਰਕਾਰ ਦੇ ਖਿਲਾਫ ਧਰਨੇ ਤੇ ਬੈਠੇ ਆ, ਤੇ ਸਰਕਾਰ ਨੇ ਉੱਥੇ ਵਧੀਆ ਬਾਥਰੂਮ ਬਣਾ ਕੇ ਦਿੱਤੇ ਉਹਨਾਂ ਨੂੰ, ਵਧੀਆ ਉਹਨਾਂ ਨੂੰ ਬਿਜਲੀ ਦੇ ਕੂਲਰ ਲਾ ਕੇ ਦਿੱਤੇ, ਸਰਕਾਰੀ ਘਰ ਤੇ, ਸਰਕਾਰੀ ਘਰ ਤੇ 24 ਘੰਟੇ ਟ੍ਰਾਂਸਫਾਰਮਰ ਲਾਇਆ ਉਹਨਾਂ ਵਾਸਤੇ। ਆ ਸਾਰੇ ਰਲੀਏ ਨੇ, ਉਹ ਤਾਕਤ ਜਿਹੜੀ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੀ। ਪੰਜਾਬ ਦੀ ਤਰੱਕੀ ਜੇ ਕੋਈ ਚਾਹੁੰਦਾ, ਜੇ ਕੋਈ ਪੰਜਾਬ ਦੀ ਤਰੱਕੀ ਦਾ ਦਿਲ ਦਰਦ ਹੈ, ਮੈਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਕਿੰਨੀ ਵੀ ਤਰੱਕੀ ਹੋਈ ਹੈ ਪੰਜਾਬ, ਜੋ ਵੀ ਚੀਜ਼ਾਂ ਪੰਜਾਬ 'ਚ ਹੋਈ ਹੈ ਤੁਹਾਡੀ ਸਰਕਾਰ ਨੇ ਦਿੱਤੀ ਹੈ। ਇਸ ਕਰਕੇ ਮੈਂ ਸਾਰਿਆਂ ਨੂੰ ਆਹੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਨੂੰ ਪਛਾਣਨ ਦੀ ਲੋੜ ਹੈ। ਆਪਾਂ 10 ਸਾਲ ਪੰਜਾਬ ਤੁਹਾਡੀ ਸਰਕਾਰ ਦੇਖੀ, ਤਰੱਕੀ ਤੁਸੀਂ ਦੇਖੀ, ਤੁਹਾਡੇ ਕੰਮ ਹੁੰਦੇ ਸੀ, ਜਨਤਾ ਦਾ ਰਾਜ ਸੀ। ਅੱਜ ਕੋਈ ਜਨਤਾ ਦਾ ਰਾਜ ਨਹੀਂ, ਅੱਜ ਅਫਸਰਸ਼ਾਹੀ ਦਾ ਰਾਜ ਹੈ। ਅੱਜ ਉਹਨਾਂ
ਰਾਜਾ ਜਿਨ੍ਹਾਂ ਨੂੰ ਕੋਈ ਕੰਮ ਖੋਟੇ ਤੇ ਨਹੀਂ ਫੈਸ ਕਰਕੇ ਜਿੰਨੀ ਛੇਤੀ ਤੋਂ ਛੇਤੀ ਆਪਾਂ ਇਹਨਾਂ ਦਾ ਸਮਾਇਆ ਕਰਾਂਗੇ ਤੇ ਆਪਾਂ ਪਛਾਣਾਂਗੇ ਆ ਟੋਪੀ ਵਾਲੇ ਜਿਹੜੇ ਇਹਨਾਂ ਦੀ ਸਾਜਿਸ਼ ਹੀ ਕੋਈ ਕਹਿ ਕਿ ਕਾਂਗਰਸ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਸਾਜਿਸ਼ ਹੈ ਆਪਾਂ ਉਹਨਾਂ ਨੇ ਕੰਮ ਕਰੀਏ ਤੇ ਮੈਂ ਸਾਰੇ ਸੰਗਤਾਂ ਦਾ ਦਿਲ ਦੀ ਗਹਿਰਾਈ ਧੰਨਵਾਦ ਕਰਦੇ ਹੋ ਤੁਸੀਂ 11 ਵਜੇ ਦੇ ਇੱਥੇ ਬੈਠੇ ਹੋ ਉਹਦਾ ਦਿਲੋਂ ਧੰਨਵਾਦ ਫਤਿਹ ਹੱਥ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।